ਸਤਿ ਸ਼੍ਰੀ ਅਕਾਲ ਮੈਂ ਪ੍ਰਾਚੀ ਗੁਰੂਕੁਲ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਪੇਸ਼ ਹਨ ਅੱਜ ਦੀਆਂ ਮੁੱਖ ਖਬਰਾਂ ਅਰਜਨਟੀਨਾ ਵਿੱਚ 6.6 ਤੀਬਰਤਾ ਭੂਚਾਲ ਪੁਸ਼ ਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਦੋ ਘੁਸਪੈਠੀਏ ਮਾਰੇ ਗਏ ਭੋਪਾਲ ਤੋਂ ਦਿੱਲੀ ਆ ਰਹੀ ਵੰਦੇ ਭਾਰਤ ਐਕਸਪ੍ਰੈਸ ਵਿੱਚ ਅੱਗ ਲੱਗ ਗਈ 2024 ਦੀ ਤਿਆਰੀ ਲਈ ਅੱਗ ਬੈਂਗਲੁਰੂ ਵਿੱਚ ਵਿਰੋਧੀ ਪਾਰਟੀਆਂ ਦੀ ਆਮ ਮੀਟਿੰਗ ਐਨਸੀਬੀ ਦੇ ਅੰਮ੍ਰਿਤਸਰ ਵਿੱਚ ਦਫ਼ਤਰ ਦਾ ਨੀਂਹ ਪੱਥਰ ਰੱਖਿਆ ਧੰਨਵਾਦ